ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਮੇਰੇ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ 'ਤੇ ਸਵਾਗਤ ਹੈ ਜੀ। ਅੱਜ ਅਸੀਂ ਸ਼ਬਦ ਕਰਾਂਗੇ ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਮੱਧ ਸਪਤਕ ਦੇ ਦੂਸਰੇ ਕਾਲੇ ਤੋਂ ਵੀਰਾਂ ਦੇ ਸਕੇਲ ਤੋਂ ਆਪਾਂ ਇਸ ਰੀਤ ਨੂੰ ਕਰਾਂਗੇ। ਕਹਿਰਵੇ ਤਾਲ ਦੇ ਵਿੱਚ ਇਹ ਰੀਤ ਹੈ। ਕਹਿਰਵੇ ਤਾਲ ਦੀਆਂ 8 ਮਾਤਰਾ ਹੁੰਦੀਆਂ ਹਨ। ਤਬਲੇ ਦਾ ਪੁੜਾ ਵੀ ਦੂਸਰੇ ਕਾਲੇ 'ਤੇ ਹੀ ਸੁਰ ਕੀਤਾ ਜਾਵੇਗਾ। ਬੇਸਿਕ ਇਹ ਰੀਤ ਰਾਗ ਸ਼ਿਵਰੰਜਨੀ ਦੇ ਵਿੱਚ ਕੰਪੋਜ਼ ਕੀਤੀ ਗਈ ਹੈ। ਰਾਗ ਸ਼ਿਵਰੰਜਨੀ ਦੇ ਸਵਰ ਦੇਖੋ ਜੀ, ਗਾ ਕੋਮਲ, ਬਾਕੀ ਸਾਰੇ ਸ਼ੁੱਧ ਸਵਰ। ਇਹ ਰਾਗ ਸ਼ਿਵਰੰਜਨੀ ਦੇ ਸਵਰ ਹਨ। ਰੀਤ ਦੀ ਸੁੰਦਰਤਾ ਲਈ ਮਾਂ ਸ਼ੁੱਧ ਵੀ ਇਸ ਵਿੱਚ ਯੂਜ਼ ਕੀਤਾ ਗਿਆ ਹੈ। ਮੈਂ ਸ਼ੁਰੂ ਵਿੱਚ ਤਬਲੇ ਦੀ ਤਾਲ ਦੇ ਨਾਲ ਸੰਪੂਰਨ ਸ਼ਬਦ ਗਾਇਨ ਕਰਕੇ ਦੱਸਾਂਗਾ। ਲਾਸਟ ਵਿੱਚ ਜਾ ਕੇ ਅਸਥਾਈ ਅਤੇ ਅੰਤਰੇ ਦੀ ਸਰਗਮ ਅਤੇ ਅੰਤਰੇ ਦੀ ਸਰਗਮ ਉੱਤੇ ਸਾਰੇ ਹੀ ਅੰਤਰੇ ਸਲੋ ਸਲੋ ਲਗਾ ਕੇ ਦੱਸਾਂਗਾ। ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣਾ ਹੈ ਤਾਂ ਜੋ ਤੁਹਾਨੂੰ ਸਮਝ ਲੱਗ ਸਕੇ ਇਸ ਰੀਤ ਨੂੰ ਤੁਸੀਂ ਕਿਸ ਤਰ੍ਹਾਂ ਗਾਇਨ ਕਰਨਾ ਹੈ। ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ।
ਸ਼ਬਦ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ। ਹੁਣ ਅਸਥਾਈ ਅਤੇ ਅੰਤਰੇ ਦੀ ਸਰਗਮ ਦੇਖੋ ਜੀ। ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ। ਸਰਗਮ ਗਾ 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 ਕੋਮਲ, ਗਾ ਗਾ ਰੇ ਸਾ ਪਾ ਧਾ, ਮਾ ਮਾ ਗਾ ਰੇ ਸਾ। ਇੱਥੇ ਮਾ ਲੈਣਾ ਹੈ ਆਪਾਂ, ਰੀਤ ਦੀ ਸੁੰਦਰਤਾ ਲਈ ਬਾਰ ਦੇ ਸਵਰ ਅਸੀਂ ਲੈ ਸਕਦੇ ਹਾਂ। ਫਿਰ ਦੇਖੋ ਜੀ, ਗਾ ਗਾ ਰੇ ਸਾ ਪਾ ਧਾ, ਮਾ ਮਾ ਗਾ ਰੇ ਸਾ। ਸ਼ਬਦ ਦੇ ਬੋਲ, ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ। ਫਿਰ ਦੇਖੋ ਸੁਣੋ, ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ। ਨੈਕਸਟ ਲਾਈਨ, ਇਹੀ ਲਾਈਨ ਨੂੰ ਦੁਬਾਰਾ ਫਿਰ ਗੁਰਮੁਖ ਤੋਂ ਸ਼ੁਰੂ ਕਰਨਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੇ। ਸਰਗਮ ਸਾਰੇ ਗਾ ਪਾ ਪਾ ਧਾ ਧਾ ਪਾ ਧਾ ਪਾ ਗਾ ਰੇ ਰੇ ਗਾ ਪਾ ਗਾ ਰੇ ਗਾ ਰੇ ਸਾ ਸਾ।
ਫਿਰ ਸਲੋ ਦੇਖੋ ਸਰਗਮ ਸਾਰੇ ਗਾ ਪਪਾ ਧ ਧਾ ਪਾ ਧਾ ਪਾ ਗਾਰੇ ਗਾ ਪਾ ਗਾਰੇ ਗਾਰੇ ਸਾ ਸਾ ਸ਼ਬਦ ਦੇ ਬੋਲ ਗੁਰ ਮੁਖ ਰੋਮ ਰੋਮ ਹਰ ਧਿਆਵੇ ਰੋਮ ਰੋਮ ਹਰ ਧਿਆਵੇ ਰੋਮ ਰੋਮ ਹਰ ਧਿਆਵੇ ਇਹ ਹੈ ਅਸਥਾਈ ਹੁਣ ਆਪਾਂ ਅੰਤਰਾ ਕਰਾਂਗੇ ਗੁਰਮੁਖ ਸਾਚੀ ਕਾ ਭਉ ਪਾਵੇ ਗੁਰਮੁਖ ਬਾਣੀ ਅਘੜ ਕੜਾਵੇ ਸ਼ਬਦ ਦੇ ਬੋਲ ਹਨ ਹੁਣ ਸਰਗਮ ਦੇਖੋ ਪਾਧਾ ਸਸ ਰਿਸ ਧਾ ਪਾ ਪਾਧਾ ਸਸ ਰਿਸ ਧਾ ਪਾ ਮਾ 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 ਧਾ ਧਾ ਮਾਧਾ ਮਾਧਾ ਰੇ ਸਾ ਧਾ ਪਾ ਧਾ ਪਾ ਇਸ ਦੇ ਸ਼ਬਦ ਦੇ ਬੋਲ ਦੇਖੋ ਗੁਰਮੁਖ ਸਾ ਚੇ ਕਾ ਪਾ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਪਰਮ ਪਦ ਪਾਵੇ ਇਹਦਾ ਵਾਪਸੀ ਲੈਣੀ ਹੈ ਅੰਦਰੇ ਦੀ ਸਰਗਮ ਪਾ ਧਾ ਪਾ ਗਾਰੇ ਗਾਰੇ ਰੇ ਰੇ ਸਾ ਪਾ ਧਾ ਪਾ ਗਾਰੇ ਗਾਰੇ ਰੇ ਸਾ ਪਰਮ ਪਦ ਪਾਵੇ ਰੋਮ ਰੋਮ ਹਰ ਧਿਆਵੇ ਰੋਮ ਰੋਮ ਹਰ ਧਿਆਵੇ ਇੱਥੇ ਸਾਈਡ ਵਾਲਾ ਸਿੰਘ ਪੰਚਮ ਤੇ ਇਹ ਇਹ ਸ਼ਬਦ ਦੇ ਬੋਲਾਂ ਨੂੰ ਬੋਲ ਸਕਦਾ ਹੈ ਹੁਣ ਨੈਕਸਟ ਅੰਤਰਾ ਦੇਖੋ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰ ਮੁਖ ਸਾਚ ਸਮਾਵੇ ਸੇਮ ਸਰਗਮ ਜਿਹੜੀ ਪਹਿਲੇ ਅੰਤਰੇ ਵਿੱਚ ਕੀਤੀ ਹੈ ਨੈਕਸਟ ਲਾਈਨ ਅੰਤਰੇ ਦੀ ਗੁਰਮੁਖ ਪਰ ਚੈ ਬੇਦ ਵਿਚਾਰੀ ਗੁਰਮੁਖ ਪਰ ਚੈ ਤਰੀਏ ਤਾਰੀ ਤਰੀਏ ਤਾਰੀ ਰੋਮ ਰੋਮ ਹਰ ਧਿਆਵੇ ਲਾਸਟ ਅੰਤਰਾ ਦੇਖੋ ਗੁਰਮੁਖ ਪਰ ਚੈ ਸੋ ਸ਼ਬਦ ਗਿਆਨੀ ਗੁਰਮੁਖ ਪਰ ਚੈ ਅੰਤਰ ਵਿਧ ਜਾਨੀ ਲਾਸਟ ਲਾਈਨ ਅੰਤਰੇ ਦੀ ਗੁਰਮੁਖ ਪਾਈਏ ਅਲਿਖ ਅਪਾਰ ਨਾਨਕ ਗੁਰ ਮੁਖ ਮੁਕਤ ਦੁਆਰ ਮੁਕਤ ਦੁਆਰ
ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ, ਇਹ ਵੀ ਕਰ ਸਕਦੇ, ਧਿਆਵੇ ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ, ਰੋਮ ਰੋਮ ਹਰ ਧਿਆਵੇ। ਇਹ ਸ਼ਬਦ ਤੁਹਾਡਾ ਸੰਪੂਰਨ ਗਾਇਨ ਕਰਕੇ ਦੱਸ ਦਿੱਤਾ ਗਿਆ ਹੈ। ਅਸਥਾਈ ਅਤੇ ਅੰਤਰੇ ਦੀ ਸਰਗਮ ਅਤੇ ਅੰਤਰੇ ਦੀ ਸਰਗਮ ਅਤੇ ਸਾਰੇ ਹੀ ਅੰਤਰੇ ਬਹੁਤ ਹੀ ਸਲੋ ਸਲੋ ਕਰਕੇ ਲਗਾ ਕੇ ਦੱਸ ਦਿੱਤੇ ਗਏ ਹਨ। ਆਪ ਸਾਰਿਆਂ ਨੇ ਮੇਰੇ ਇਸ ਯੂਟਿਊਬ ਚੈਨਲ ਸਤਨਾਮ ਸਿੰਘ ਖਾਲਸਾ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਹੈ। ਜਿਹੜੇ ਗੁਰਬਾਣੀ ਕੀਰਤਨ ਸਿੱਖਣਾ ਚਾਹੁੰਦੇ ਹਨ ਰਾਗਾਂ ਵਿੱਚ ਅਤੇ ਰੀਤਾਂ ਵਿੱਚ, ਉਹਨਾਂ ਸਾਰਿਆਂ ਨਾਲ ਇਸ ਚੈਨਲ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਸਾਰੀ ਹੀ ਸੰਗਤ ਕੀਰਤਨ ਕਰ ਸਕੇ ਅਤੇ ਸਾਰੀ ਹੀ ਸੰਗਤ ਫ੍ਰੀ ਵਿੱਚ ਕੀਰਤਨ ਸਿੱਖ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।